ਯਾਰ ਭੈਣ ਦਾ ਖਸਮ, ਇੱਥੇ ਤਾਂ ਕੋਈ ਪੈਟਰੋਲ ਪੰਪ ਵੀ ਹੈ ਨਹੀਂ ਗਾ ਯਾਰ। ਲੈ ਲਿਆ ਤੂੰ ਯਾਮਾ ਪੈਟਰੋਲ ਵੀ ਪਵਾ ਲਿਆ ਕਰ ਮਾਮਾ। ਯਾਰ ਪਵਾਇਆ ਸੀ ਪਰਸੋਂ, ਹੁਣ ਮੈਂ ਕੀ ਕਰਾਂ, ਇਹ ਮੁੱਕ ਗਿਆ ਤਾਂ। ਪਰਸੋਂ ਕਿੰਨੇ ਦਾ ਪਵਾਇਆ ਸੀ? 80 ਦਾ। ਅੱਛਾ, ਹੁਣ ਪੂਰੀ ਜ਼ਿੰਦਗੀ ਕੱਢੇ 80 ਰੁਪਿਆਂ 'ਚ ਇਹ? ਉਈ ਕਿਹੜੇ ਕੱਢਦਾ, ਤੂੰ ਕਿਹੜਾ ਨਹੀਂ ਕੱਢਦਾ ਮੇਰੇ ਨਾਲ ਗੇੜੇ 'ਚ? ਗੇੜੇ ਨਹੀਂ ਕੱਢਦਾ ਯਾਰ, ਹੁਣ ਸਕੂਲੋਂ ਲੇਟ ਹੋਈ ਜਾਂਦੇ ਆ। ਕਿੰਨੇ ਦਾ ਲਿਆ ਸੀਗਾ ਇਹ? 100 ਦਾ। 100 ਦਾ ਲਿਆ ਸੀ ਅਤੇ 80 ਦਾ ਪੈਟਰੋਲ ਪਵਾਉਣਾ ਇਹਨਾਂ 'ਚ, ਉਹ ਵੀ ਹਫ਼ਤੇ ਬਾਅਦ। ਉਹਨੂੰ ਵੀ ਦਿੰਦਾ ਯਾਰ ਬਾਪੂ, ਹੁਣ ਮੈਂ ਕੀ ਕਰਾਂ। ਦਾਣੀ ਬਾਪੂ, ਬਾਪੂ ਦਾ ਤੇਰਾ ਪੱਟੀ ਨਾ ਲੈ ਕੇ ਫਿਰਦਾ ਰਹਿੰਦਾ ਸਾਰੇ ਸ਼ਹਿਰ 'ਚ। ਤੂੰ ਮੈਨੂੰ ਦਵਾ ਦਿਆ ਕਰ ਪੈਸੇ ਆਪਦੇ ਡੈਡੀ ਤੋਂ। ਫਿਰ ਮੈਂ ਬਾਪੂ ਹਾਂ ਤੇਰਾ, ਤੂੰ ਮੇਰੇ ਨਾਲ ਜਾਂਦਾ ਹੀ ਆ। ਹੁਣ ਕਦੋਂ ਆਊਗਾ ਉਹ? ਆਉਂਦਾ ਹੀ ਹੋਊ ਇੱਥੇ ਕਦੇ ਉਹ। ਪੈਟਰੋਲ ਛੇਤੀ ਚੁੱਪ ਕਰੋ ਯਾਰ, ਤੁਸੀਂ ਕਿਉਂ ਦੁਖੀ ਕੀਤਾ ਹੋਇਆ ਯਾਰ? ਤੂੰ ਦੁਖੀ ਕਰਨ ਲੱਗਾ ਸਾਨੂੰ ਦੇਖ ਕਿੰਨਾ ਪੈਟਰੋਲ। ਉਹ ਜਲਦੀ ਕਰੋ, ਸਕੂਲ ਵੀ ਜਾਣਾ ਆਪਾਂ, ਇੰਨਾ ਟਾਈਮ ਹੋ ਗਿਆ ਯਾਰ। ਸਕੂਲ ਕਿਨੇ ਜਾਣਾ, ਲੇਟ ਹੋ ਗਿਆ, ਹੁਣ ਸਕੂਲ ਕੱਲ ਨਹੀਂ ਜਾਣਾ। ਕਿਹੜਾ ਸਕੂਲ ਐਨ ਕੋਈ ਆ? ਤੁਸੀਂ ਅੱਜ ਤੱਕ ਕੀਤਾ ਨਾ, ਮੈਂ ਤੁਹਾਡੇ ਨਾਲ ਕਦੇ ਨਹੀਂ ਆਉਣਾ ਯਾਰ। ਓ ਨਾ ਆਈ ਓਏ, ਕਿਹੜਾ ਜਾਏ ਨਹੀਂ ਜਾਣਾ ਅੱਜ। ਉਹ ਗੱਲ ਸੁਣੋ ਮੇਰੀ ਯਾਰ, ਮੈਂ ਤੁਹਾਡੇ ਲਈ ਹੁਣ ਇੱਥੇ ਆਇਆ ਯਾਰ, ਸਿਰਫ ਪੈਟਰੋਲ ਖਾਤਰ ਮੇਰੇ ਨਾਲ ਸਕੂਲ ਤੇ ਚੱਲ ਜਾਓ। ਮੇਰੀ ਗੱਲ ਸੁਣ, ਹੁਣ ਤੂੰ ਲੇਟ ਹੋ ਗਿਆ, ਹੁਣ ਤਾਂ ਹੀ ਤਾਂ ਕਹਿੰਦਾ ਹੁਣ ਇਕੱਠੇ ਜਾਵਾਂਗੇ, ਤੁਹਾਨੂੰ ਵੀ ਗੱਲਾਂ ਪੈਣਗੀਆਂ। ਤੂੰ ਆਪਦੀ ਜੇਬ 'ਚ ਪੰਜੀ ਨਹੀਂ ਕੱਢਦਾ, ਮੇਰੇ ਤੋਂ 200 ਰੁਪਇਆ ਲੈ ਕੇ ਪੈਟਰੋਲ ਲੈ ਕੇ ਆਇਆ ਤੂੰ? ਯਾਰ ਮੈਂ ਅੱਜ ਤੱਕ ਵੀ ਲੇਟ ਨਹੀਂ ਹੋਇਆ, ਮੈਨੂੰ ਮਾਸਟਰ ਨਹੀਂ ਬੋਲਣਗੇ, ਮੈਂ ਕੁਛ ਤਾਂ ਬੰਦ ਲਾ ਦੂੰਗਾ। ਮੈਂ ਨਾਲ ਤਾਂ ਚੱਲੋ ਨਾਲ ਕਜੇ ਨਾਲ, ਹੁਣ ਕਿਤੇ ਨਹੀਂ, ਮੈਂ ਬੈਂਕ ਤੇ ਜਾਣਾ ਵਾ। ਚੱਲੋ ਜਾਣਾ, ਚੱਲੋ ਨਹੀਂ ਤਾਂ ਜਾਓ ਸਿੱਧੇ ਆਪਦਾ। ਨਾਲ ਚੱਲੋ ਬੈਂਕ ਤੇ ਬਾਈ। ਯਾਰ ਦੇਖੋ, ਮੈਂ ਅੱਜ ਤੱਕ ਵੀ ਲੇਟ ਨਹੀਂ ਹੋਇਆ, ਹੁਣ ਮੈਂ ਮਾਸਟਰ ਨੂੰ ਸਿੱਧਾ ਕਹਿ ਦੇਣਾ ਵੀ ਉੱਥੇ ਖੜੇ ਸੀਗੇ, ਉਹਨਾਂ ਨੇ ਮੈਨੂੰ ਬੁਲਾਇਆ ਸੀ ਪੈਟਰੋਲ ਲਈ, ਤਾਂ ਕਰਕੇ ਮੈਂ ਲੇਟ ਹੋ ਗਿਆ। ਫਿਰ ਜੇ ਤੁਸੀਂ ਨਹੀਂ ਆਏ ਉੱਥੇ, ਫਿਰ ਆਪਣਾ ਜਵਾਬ ਤੁਸੀਂ ਆਪੇ ਦੇ ਦਿਓ। ਨਜ਼ਾਰੇ ਦਿਖਾਉਂਦੇ, 2 ਮਿੰਟ ਨਜ਼ਾਰੇ ਲੈ ਲਾਂਗੇ ਯਾਰ ਜ਼ਿੰਦਗੀ ਦੇ। ਝੰਡ ਹੋਈ ਪਈ ਆ ਜ਼ਿੰਦਗੀ ਆਪਣੀ, ਬੜਾ ਸਵਾਦ ਆਊ। ਜਾਵਾਂਗੇ ਕਿੱਥੇ ਫਿਰ? ਮੈਂ ਤੈਨੂੰ ਦੱਸਦਾ ਕਿੱਥੇ ਜਾਣਾ ਵਾ। ਉਹ ਬਾਲੀਆਂ ਘੈਂਟ ਘੈਂਟ ਜਗ੍ਹਾ ਆਪਣੇ ਕੋਲੇ। ਚੱਲ ਮੋਟਰ ਚੱਲ ਜਾਵੇ ਤੇ, ਮੈਂ ਇਹਦੇ ਪਿੱਛੇ ਬਹਿ ਕੇ ਹੁੰਦਾ ਆਪਣੇ ਯਾਰ ਦੇ। ਚੱਲ ਚੱਲ, ਤੈਨੂੰ ਫਸਾ ਨਹੀਂ ਦਿੰਦੇ ਤੂੰ ਨਾ ਸਕੂਲ ਭੱਜੀ ਹੁਣ। ਉਹ ਨਹੀਂ, ਮੇਰਾ ਤਾਂ ਯਾਰ ਬੈਗ ਵੀ ਉਹਦੇ ਕੋਲੇ ਰਹਿ ਗਿਆ ਯਾਰ। ਉਹ ਕੋਈ ਨੀ, ਤੂੰ ਟੈਨਸ਼ਨ ਨਾ ਲੈ ਯਾਰੀ। ਵਾਸਤੇ ਲੈ ਲਈਏ ਸਿਰ ਕਤਲ ਦਾ ਕੇਸ, ਸਾਡੀ ਪੁਲਿਸ ਨੂੰ ਪਾਲ ਲਈਏ ਬੰਨ ਬੰਨ ਫੇਸ, ਐਵੇਂ ਤੂੰ ਵੀ ਜਾਣਾ ਫਸ, ਸਾਨੂੰ ਕਰਨਾ ਤੂੰ ਚੇਸ, ਵੱਲੋਂ ਪੁੱਠੀਆਂ ਜਿੱਟਾਂ ਦੀ ਮੱਤ ਨੀ, ਯਾਰੀਆਂ ਨੀ ਪਾਉਂਦੇ ਯੱਟ ਨੀ, ਲੈਂਦਾ ਪੰਗਾ ਜਿਹੜਾ ਲੈਂਦੇ ਚੱਕ ਨੀ, ਲੱਲੀ ਛੱਲੀ ਰੱਖਦੇ ਆ ਠੋਕ ਕੇ ਰਕਾਲੇ, ਯਾਰੀਆਂ ਨੀ ਪਾਉਂਦੇ ਯੱਟ ਨੀ, ਯਾਰੀਆਂ ਨੀ ਪਾਉਂਦੇ ਯੱਟ ਨੀ, ਯਾਰੀਆਂ ਨਭਾਉਂਦੇ ਮੁੰਡੇ ਯਾਰੀਆਂ, ਦੇਖ ਲੈਣੀ ਹਿੱਕਾ ਜੋ ਲਗਾਉਂਦੇ ਕਿੱਦਾਂ ਆਰੀਆਂ, ਅੱਜ ਮੁੜ ਲੱਗੇ ਘਰੇ ਹੋ ਕੇ ਲਹੂ ਨਾ ਲੁਹਾਣ, ਇਹਨਾਂ ਤੱਕੀਆਂ ਕਤੀੜਾਂ ਬਹੁਤ ਠਾਰੀਆਂ, ਲਾਓ ਜਿੰਨੇ ਲਾਉਣਾ ਆ ਸ਼ੁਵਾਰਾ, ਗੱਡਾ ਸੇ ਰੱਖੇ ਚੱਲ ਕੇ ਪੈਸੇ ਵੱਲੋਂ, ਕੱਲ ਹੀ ਮਲਾਏ ਨਵੇਂ ਸੱਦ ਤੇ, ਵਿੱਚੋਂ ਵਿੱਚੀ ਰੱਖ ਦੇ ਜੋ ਮਿੱਤਰਾਂ ਤੋਂ ਖਾਰ, ਮਚਾਉਂਦਾ ਨੀ ਉਹਨਾਂ ਦੀ ਫੋਟੋ ਲੱਗੇ ਕਿਸੇ ਕੰਧ ਤੇ, ਮਚਾਉਂਦਾ ਨੀ ਉਹਨਾਂ ਦੀ ਫੋਟੋ ਲੱਗੇ ਕਿਸੇ ਕੰਧ ਤੇ। ਦੋਸਤੀ ਕੋ ਕਿਤਨਾ ਮਹੱਤਵ ਦੇਤੇ? ਮੈਂ ਦੋਸਤ ਕੋ ਆਪਣੇ ਫੈਮਿਲੀ ਮੈਂਬਰ ਜਿਤਨਾ ਮਹੱਤਵ ਦੇਤਾ। ਜਦੋਂ ਜਿੱਥੇ ਇਕੱਠੇ ਸਾਰੇ ਜੁੜ ਜਾਂਦੇ ਆ,
ਉਦੋਂ ਫਿਰ ਹੁੰਦੀ ਅਤਨੀ ਯਾਰੀਆਂ ਨਿਭਾਉਂਦੇ ਅਟਨੀ ਲੈਂਦਾ ਪੰਗਾ ਜਿਹੜਾ ਲੈਂਦੇ ਚੱਕਨੀ ਲੱਲੀ ਹੱਲੀ ਰੱਖਦੇ ਆ ਠੋਕ ਕੇ ਕਾਨਿਲ ਯਾਰੀਆਂ ਨਿਭਾਉਂਦੇ ਅਟਨੀ ਯਾਰੀਆਂ ਨਿਭਾਉਂਦੇ ਅਟਨੀ ਮੇਰੀ ਤਾਂ ਕੰਪਲੀਟ ਆ ਮੈਂ ਚੱਲਦਾ ਹੀ ਅੱਛਾ ਮੈਨੂੰ ਹੁਣ ਸਮਝ ਆਈ ਗੱਲ ਅੱਛਾ ਤੈਨੂੰ ਬਹਾਨਾ ਬਣਾ ਕੇ ਲੈ ਕੇ ਚੱਲੇ ਸੀ ਮੈਨੂੰ ਪਤਾ ਕੀ ਕਹਿੰਦੇ ਜਮੇ ਚ ਪੈਟਰੋਲ ਮੁੱਕ ਗਿਆ ਮੈਂ ਲੈਣ ਕਿਉਂ ਉਹਦਾ ਬੈਗ ਵੀ ਭੁੱਲ ਆਇਆ ਉਲਟਾ ਯਾਰ ਗੱਲਾਂ ਦੇਖ ਰਿਹਾ ਨੋਨਾ ਜਾ ਗਿਆ ਚੱਪੜਾ ਜਿੰਨੇ ਅੱਛਾ ਮੈਨੂੰ ਲੇਟ ਕਰਾ ਕੇ ਹੁਣ ਜਾਣ ਕੇ ਬੰਕ ਤੇ ਲੈ ਕੇ ਜਾਣ ਨੂੰ ਫਿਰਦੇ ਆ ਉਹ ਰਸਤੇ 'ਚ ਕਿੰਨੇ ਪੰਗੇ ਲੈ ਕੇ ਆ ਤੂੰ ਆਪ ਦੇਖ ਓਏ ਓਏ ਮੈਂ ਚੱਲਿਆ ਬਾਈ ਸਕੂਲੇ ਹੁਣ ਕੋਈ ਟਾਈਮ ਹੈਗਾ ਚਪੇੜਾਂ ਖਾਏਗਾ ਨਹੀਂ ਕਈ ਗੱਲ ਹੁਣ ਨਹੀਂ ਜਾ ਹੁਣ ਆਪਾਂ ਬੰਕ ਤੇ ਚੱਲਦੇ ਆ ਹੁਣ ਬਾਬਾ ਹੁਣ ਆਪਾਂ ਘੁੰਮਣ ਚੱਲਦੇ ਆ ਜਗ੍ਹਾ ਦੱਸ ਕੋਈ ਭੈਣ ਜੀ ਜਗ੍ਹਾ ਪਤਾ ਮੈਨੂੰ ਕਿਹੜੀ ਨਹਿਰ ਤੇ ਕੀ ਕਰਨ ਜਾਣਾ ਯਾਰ ਜਾ ਭਰਾਵਾ ਮੇਰੀ ਗੱਲ ਸੁਣੋ ਆਪਾਂ ਮੂਵੀ ਮਾਵੀ ਦੇਖਣ ਚੱਲਦੇ ਆ ਚੱਲੀਏ ਬਾਈ ਇੰਜੋਏ ਕਰਾਂਗੇ ਆਜੋ ਚਲੋ ਚਲੋ ਆਜੋ ਮੈਂ ਚਲਾਣਾ ਇਹ ਹੋ ਬਾਈ ਪਾਣੀ ਦੇ ਕੇ ਯਾਦ ਆ ਗਿਆ ਬਾਬਾ ਨਹਾਉਣ ਦਾ ਦਿਲ ਕਰਦਾ ਵਾ ਕਿਉਂ ਮੈਨੂੰ ਪਾਣੀ ਗਰਮ ਕਰਕੇ ਪਿਆ ਤੈਨੂੰ ਲੱਗਦਾ ਚਾਹ ਵਾ ਕਹਿੰਦਾ ਮਿੱਠਾ ਜਿਹਾ ਘੱਟ ਆ ਕਿੰਨੀ ਘੰਟ ਜਗ੍ਹਾ ਬਣੀ ਇੱਧਰ ਨਾ ਜਿਵੇਂ ਜਾਣ ਕੇ ਬਣਾਈ ਹੁੰਦੀ ਐਂ ਲੱਗਦਾ ਇਹ ਜਾਣ ਕੇ ਪਤਾ ਕਦੋਂ ਬਣਾਈ ਗਈ ਆ ਕਦੋਂ ਬਣਾਈ ਆ ਬੁੱਟਰ ਸੌਂਦਾ ਹੁੰਦਾ ਰਾਤ ਨੂੰ ਬੁੱਟਰ ਮਜ਼ਾਕ ਆ ਤਾਂ ਹੀ 5 ਘੰਟੇ ਨਿਕਲਣਗੇ ਆਪਣੇ ਯਾਰ ਪਿਆਰ ਨਾਲ ਸਮਝਾਤਾ ਜੇ ਹੁਣ ਤੂੰ ਬੋਲਿਆ ਮੇਰੇ ਇੱਥੋਂ ਮਰ ਜਾਣਾ ਮੈਂ ਸਿੱਧੀ ਤਰ੍ਹਾਂ ਸਮਝਾ ਦਿੰਦਾ ਓ ਯਾਰ ਬੁੱਟਰ ਕਿਉਂ ਮਜ਼ਾਕ ਕਰੀ ਜਾਂਦਾ ਯਾਰ ਹੁਣ ਤੂੰ ਵੀ ਤਾਂ ਮਜ਼ਾਕ ਕਰ ਕਿੱਥੋਂ ਲਿਆਂਦਾ ਤੂੰ ਭਾਈ ਪਤਾ ਇਹ 5 ਰੁਪਏ ਵਾਲੇ ਕਰਕਰੇ ਪਤਾ ਕਾਦੋਂ ਖਾਂਦਾ ਇਹਨੂੰ ਗੱਡੀ ਨਿਕਲਿਆ ਵਿੱਚ ਅਈ ਗੱਲ ਹੋਏ ਬੋਲ ਹੁਣ ਬੋਲ ਓਏ ਬੋਲ ਹੁਣ ਕੱਲ ਤੇਰਾ ਸਾਰਾ ਟੱਪਰ ਲੰਗਰ 'ਚ ਫਿਰਦਾ ਸੀ ਵੇ ਬੁੱਟਰ ਬੁੱਟਰ ਮਜ਼ਾਕ ਕੀ ਕੀਤਾ ਤੂੰ ਹਾਂ ਮਜ਼ਾਕ ਕਰ ਰਿਹਾ ਸੀ ਹਾਂ ਉੱਠ ਓਏ ਓਏ ਉੱਠ ਓਏ
ਸਾਹ ਨਹੀਂ ਲੈਂਦਾ, ਹੁਣ ਸਾਹ ਨਹੀਂ ਲੈਂਦਾ ਇਹ। ਓਏ ਆ ਕੀ ਕਰਤਾ ਓਏ ਤੂੰ, ਤੂੰ ਸਾਲਿਆ ਮਾਰਤਾ ਉਹਨੂੰ, ਉਹ ਮਰ ਗਿਆ। ਓਏ ਉੱਠ, ਓਏ ਉੱਠ ਅਰਸ਼, ਉਹ ਛੇਤੀ ਚੱਲ ਇੱਥੋਂ, ਆਪਾਂ ਫਸਾਂਗੇ ਇਹਨੇ ਫਸਾ ਦੇਣਾ, ਪੁਲਿਸ ਥਾਣੇ ਚੱਲਦੇ ਆ, ਛੇਤੀ ਚੱਲ। ਓਏ ਮੈਨੂੰ ਛੱਡ ਕੇ ਨਾ ਜਾਇਓ, ਗੱਲ ਸੁਣ। ਓਏ ਨਹੀਂ ਜੋਦਾ ਓਏ, ਉਹ ਨਹੀਂ ਸਾਹ ਹੀ ਲੈ ਰਿਹਾ, ਮੈਂ ਚੈੱਕ ਕਰ ਲਿਆ। ਉਹ ਤੂੰ ਮਾਰਤਾ ਇਹਨੂੰ, ਪਗਲਾ ਮਜ਼ਾਕ ਕਰ ਰਿਹਾ ਸੀਗਾ ਉਹ ਯਾਰ। ਮੈਂ ਮਾਰਨਾ ਥੋੜੀ ਸੀਗਾ ਯਾਰ ਇਹਨੂੰ। ਅਰ ਕੀ ਕਰੀਏ, ਕੀ ਕਰਦਾ ਤੂੰ, ਹੁਣ ਫਸਾਂਗੇ ਸਾਡਾ ਸਾਰਾ ਟੱਬਰ ਫਸੂਗਾ। ਕਿਵੇਂ ਮਰ ਗਿਆ, ਤੂੰ ਮਾਰਿਆ ਇਹਨੂੰ ਅਰਸ਼। ਓਏ ਮੰਨ ਗੱਲ, ਆਪਾਂ ਪੁਲਿਸ ਥਾਣੇ ਚੱਲਦੇ ਆ। ਓ ਨਹੀਂ ਓਏ ਨਹੀਂ, ਥਾਣੇ ਚੱਲਦੇ ਆ, ਪਲੀਜ਼ ਮੰਨ ਗੱਲ, ਬਚ ਜਾਾਂਗੇ। ਕਿਵੇਂ ਬਚਾਂਗੇ ਪਾਗਲਾ, ਆਪਾਂ ਤੁਹਾਨੂੰ ਇੱਥੇ ਲੈ ਕੇ ਆਏ ਆ, ਸਾਰੇ ਫਸਾਂਗੇ, ਆਪਾਂ ਆਪਣੇ ਘਰ ਦੇ ਵੀ ਫਸਣਗੇ ਇਹਦੇ ਚ। ਕੀ ਕਰੀਏ ਹੁਣ, ਕਰੇ ਯਾਰ ਇੱਥੇ ਤੂੰ ਸੁਣ, ਇੱਕ ਮਜ਼ਾਕ ਨਹੀਂ ਚੱਲ ਸਕਦਾ ਸੀਗਾ, ਦੇਖ ਲੈ ਕੀ ਕਰਤਾ। ਮੈਨੂੰ ਥੋੜੀ ਪਤਾ ਹੀ ਮਰ ਜੂ ਯਾਰ। ਮੇਰੀ ਗੱਲ ਸੁਣੋ, ਸਿੱਧੀ ਇੱਥੋਂ ਨਿਕਲੋ, ਇਹਦਾ ਪਾਗਲ ਆ। ਤਾਂ ਬਹੁਤ ਵੱਡੀ ਗਲਤੀ ਕਰਤੀ ਤੁਹਾਡੇ ਨਾਲ ਆ ਕੇ ਯਾਰ ਅੱਜ। ਕਿੰਨਾ ਵਧੀਆ ਹੱਸਦੇ ਖੇਡਦੇ ਸੀ। ਓਏ ਇੱਧਰ ਆ, ਅਜੇ ਵੀ ਨਹੀਂ ਸਾਹ ਪੜਾ ਇੱਥੇ ਤੂੰ। ਉਹ ਸੱਚੀ ਮਰ ਗਿਆ, ਗਲਤੀ ਆਪਣੇ ਸਾਰਿਆਂ ਦੀ, ਆਪਾਂ ਹੀ ਹੱਸ ਰਹੇ ਸੀਗੇ ਸਾਰੇ ਜਾਣੇ ਉਦੋਂ। ਤੁਸੀਂ ਬੈਠ ਇੱਥੇ, ਓਏ ਹਾਸੇ ਦਾ ਤਮਾਸ਼ਾ ਬੈਠ ਇੱਥੇ ਬਣ ਜਾਂਦਾ, ਪਤਾ ਹੀ ਨਹੀਂ ਚੱਲਦਾ। ਓਏ ਇੱਥੇ ਨਾ ਬੈਠੋ, ਆ ਫਸਾਂਗੇ। ਤੂੰ ਹੁਣ ਚੁੱਪ ਕਰ, ਬਸ ਸ਼ਾਂਤੀ ਨਾਲ ਕੰਮ ਲੈ। ਓ ਸ਼ਾਂਤੀ ਕਿੱਦਾਂ ਲੈਣੀਏ, ਮਰਤਾ ਗਿਆ ਉਹ, ਛੇਤੀ ਚੱਲੋ ਯਾਰ, ਬੈਠੇ ਤੁਸੀਂ ਇੱਥੇ, ਮੈਂ ਚੱਲਿਆ ਤੁਹਾਨੂੰ ਛੱਡ ਕੇ। ਜਾਗੇ ਤਾਂ ਫਸਾਂਗੇ, ਜੇ ਮੇਰੇ ਹਿਸਾਬ ਨਾਲ ਚੱਲੇਗਾ ਤਾਂ ਮੈਂ ਕੱਢ ਸਕਦਾ। ਹੁਣ ਕੀ ਕਰੀਏ ਦੱਸ ਫਿਰ, ਦਲਾ ਦਿਮਾਗ ਆਪਦਾ ਜਿਹੜਾ ਪੜ੍ਹਾਈ ਚਲਾਉਂਦਾ ਵਾ। ਆਪਾਂ ਨੂੰ ਸਕੂਲ ਵਿੱਚ ਯਾਰ ਸਿਖਾਇਆ ਗਿਆ ਨਾ, ਹਰੇਕ ਪ੍ਰੋਬਲਮ ਦਾ ਕੋਈ ਸੋਲਿਊਸ਼ਨ ਹੁੰਦਾ, ਇਹ ਤਾਂ ਵੀ ਜ਼ਰੂਰ ਹੈਗਾ, ਪਰ ਤੁਸੀਂ ਮੇਰੇ ਹਿਸਾਬ ਨਾਲ ਚੱਲੋ। ਜਲਦੀ ਦੱਸ ਯਾਰ ਫਿਰ, ਛੇਤੀ ਦੱਸ ਯਾਰ ਕੀ ਕਰੀਏ। ਕਾਫੀ ਪੈਨ ਕੱਢ, ਉਹ ਕਾ ਤੂੰ ਜੀ, ਯਾਰ ਤੂੰ ਚੁੱਪ ਕਰਕੇ ਬਹਿ, ਤੇਰੇ ਹੀ ਪੰਗੇ ਪਾਏ ਹੋਏ ਆ ਇਹ। ਕਾਫੀ ਪੈਨ ਤੇ ਮਿੱਠੀ ਪੜਾਈ ਸੋਚ ਗਈ ਆ, ਹੁਣ ਸਾਰੇ ਫਸਾਂਗੇ ਇੱਥੇ, ਚੁੱਪ ਚਪੀਤੇ ਕੱਢ ਯਾਰ। ਕੀ ਕਰਨ ਲੱਗਿਆ ਯਾਰ, ਓਏ ਆ ਮੈਥ ਜਿਹਨੂੰ ਕੱਢਦੇ ਆ ਆਪਦੇ ਦਿਮਾਗ ਚੋਂ, ਪਤਾ ਮੈਨੂੰ ਫਿਰ ਤੋਂ ਸਵਾਲ ਹੀ ਲਿਖਣ ਲੱਗ ਗਏ ਨੇ। ਓਏ ਪਾਗਲਾ, ਮੈਥ ਵਿੱਚ ਹਰੇਕ ਸਵਾਲ ਦਾ ਕੋਈ ਜਵਾਬ ਹੁੰਦਾ ਤੇ ਹਰੇਕ ਸੋਲਿਊਸ਼ਨ ਹੁੰਦਾ। ਓ ਛੇਤੀ ਚੱਲੋ ਇੱਥੋਂ, ਕਿਤੇ ਹੋਰ ਜਾ ਕੇ ਕਰ ਲੈਣੇ ਆ, ਤੁਸੀਂ ਕਿਉਂ ਨਹੀਂ ਸਮਝਦੇ ਫਸਾਂਗੇ ਤੇ ਕਿਹੜੀ ਚੀਜ਼ ਆ। ਇੱਥੋਂ ਕਹੇ ਤਾਂ ਇੱਥੋਂ ਫਸਾਂਗੇ, ਮੇਰੀ ਗੱਲ ਕਿਉਂ ਨਹੀਂ ਸੁਣਦੇ ਤੁਸੀਂ? ਦੂਰ ਦੂਰ ਤਾਂ ਮੈਨੂੰ ਵੀ ਡਰ ਲੱਗਣ ਲੱਗ ਗਿਆ। ਉਰੇ ਆਓ, ਚੁੱਪ ਕਰਕੇ ਦੇਖੋ ਹੁਣ ਯਾਰ, ਸ਼ਾਂਤੀ ਕਰ ਰਿਹਾ ਕਿਸਨੇ ਆਣਾ। ਤੁਸੀਂ ਉਹ ਫਾਰਮੂਲਾ ਸੁਣਿਆ ਹੋਣਾ। ਕਿਹੜਾ ਫਾਰਮੂਲਾ ਯਾਰ, ਓਏ ਮਜ਼ਾਕ ਤੋਂ ਹਟ ਜਾ, ਮੈਂ ਕਿਉਂ ਨਿਕਲ ਜਾ। 10 20 ਸਕੇਅਰ ਤੇ ਕਿਸੇ ਨੇ ਦੇਖ ਲੈਣਾ ਓਏ, ਫਾਰਮੂਲਾ ਕਿੱਥੋਂ ਆ ਗਿਆ ਯਾਰ, ਕਿਸੇ ਨੇ ਕਹਿੰਦਾ ਦੇਖ ਲੈਣਾ। ਇੱਧਰ ਦੇਖੋ, ਹੁਣ ਇਹਦੀ ਖਾਤਰ ਆਪਾਂ ਨੂੰ ਸਾਰਿਆਂ ਨੂੰ ਤੇ ਆਪਣੀ ਫੈਮਿਲੀ ਨੂੰ ਵੀ ਜੇਲ੍ਹ ਹੋਊਗੀ। ਕਹਿੰਦਾ ਇੱਕ ਹੱਲ ਹੈ, ਕੀ ਆ? ਹੁਣ ਦੇਖ ਇੱਧਰ, ਏ ਸਕੇਅਰ ਯਾਨੀ ਕਿ ਇਹ, ਬੀ ਸਕੇਅਰ ਯਾਨੀ ਕਿ ਪੁਲਿਸ, ਤੇ ਸੀ ਸਕੇਅਰ ਯਾਨੀ ਕਿ ਜੇਲ੍ਹ। ਮੈਂ ਨਹੀਂ ਜੇਲ੍ਹ ਜੂਲ ਜਾਣਾ, ਮੈਂ ਤਾਂ ਆਪ ਨਹੀਂ ਜਾਂਦਾ ਜੇਲ੍ਹ ਯਾਰ। ਤੁਹਾਨੂੰ ਦਾ ਹੱਲ ਦੇਖ ਲਓ ਹੁਣ ਕੀ ਆ, ਕੀ ਆ, ਕੀ ਕਰਨਾ? ਜੇ ਪੁਲਿਸ ਨੂੰ ਇਹਦੀ ਬੋਡੀ ਮਿਲੀ ਤਾਂ ਆਪਾਂ ਨੂੰ ਜੇਲ੍ਹ ਜਾਣਾ ਹੀ ਪੈਣਾ। ਇਹਦਾ ਇੱਕ ਹੀ ਹੱਲ ਆ। ਕੀ ਹੱਲ ਆ? ਜੇ ਇਹਦੀ ਬੋਡੀ ਪੁਲਿਸ ਨੂੰ ਨਾ ਮਿਲੇ। ਤੂੰ ਕੀ ਚਾਹੁੰਦਾ, ਮੈਂ ਆਪਣੇ ਭਰਾ ਦੀ ਬੋਡੀ ਗਵਾਦਾ ਹੈ? ਜੇ ਇਹਦੀ ਬੋਡੀ ਮਿਲ ਗਈ ਜੇਲ੍ਹ ਜਾਵਾਂਗੇ ਸਾਰੇ, ਤੇ ਨਾਲੇ ਆਪਣੇ ਘਰ ਤੇ ਵੀ ਲੱਗ ਜਾਣਗੇ। ਕੀ ਜਵਾਬ ਦੇਵੇਗਾ? ਸਹੀ ਗੱਲ ਆ,
ਸ਼ਰੇਆਮ ਦੇਖ ਰਿਹਾ ਗਲਾ ਘੋਟ ਕੇ ਮਾਰਿਆ ਗਿਆ ਉਹ ਗਲਤੀ ਇਹਦੀ ਆ ਤੂੰ ਮੈਨੂੰ ਕਿਉਂ ਬੋਲੀ ਜਾਂਦਾ ਗਲਤੀ ਇਹਦੀ ਇਹਨੇ ਮਾਰਿਆ ਗਲਾ ਤੁਹਾਡੇ ਹੁਣ ਮੇਰੀ ਗੱਲ ਸੁਣੋ ਜੇ ਆਪਾਂ ਇਹਦੀ ਬੋਡੀ ਨਾ ਦਈਏ ਤਾਂ ਨਾ ਪੁਲਿਸ ਹੋਊਗੀ ਤੇ ਨਾ ਜੇਲ੍ਹ ਹੋਊਗੀ ਉਹ ਇਹਦੀ ਗੱਲ ਮੰਨ ਲਾ ਤੂੰ ਹੁਣ ਜਿਵੇਂ ਜਿਵੇਂ ਮੈਂ ਕਹਿੰਦਾ ਤੁਸੀਂ ਸਿਰਫ ਉਵੇਂ ਉਵੇਂ ਕਰਨਾ ਉਦੋਂ ਇਲਾਵਾ ਕੁਛ ਵੀ ਅਲੱਗ ਨਹੀਂ ਕਰਨਾ ਕਿਉਂਕਿ ਪੁਲਿਸ ਨੇ ਆਪਣੇ ਤੱਕ ਪਹੁੰਚਣਾ ਹੀ ਪਹੁੰਚਣਾ ਵਾ ਕਰੋ ਜੋ ਵੀ ਜਲਦੀ ਕਰ ਫਿਰ ਯਾਰ ਕਿਵੇਂ ਕੀ ਕਰੀਏ ਦੱਸ ਕੀ ਕਰੀਏ ਫੜੋ ਯਾਰ ਕੀ ਕਰਨ ਚੱਲਿਆ ਤੂੰ ਕਿੱਧਰ ਚੱਲਿਆ ਭਾਤ ਨਹੀਂ ਚੱਲਿਆ ਤੁਸੀਂ ਪਹਿਲਾਂ ਵੀ ਇੱਥੇ ਆਏ ਹੋ ਨਾ ਤੁਸੀਂ ਪਹਿਲਾਂ ਇੱਥੇ ਆਏ ਹੋ ਕਿ ਨਹੀਂ ਆਏ ਆਏ ਹਾਂ ਤੇ ਕੋਈ ਨਾ ਕੋਈ ਪਿਆ ਹੋਊ ਇੱਥੇ ਲੱਭੋ ਫਿਰ ਲੱਭੋ ਲੱਭੋ ਥੱਲੇ ਰੱਖ ਬੈਗ ਨੂੰ ਲਪੇਟ ਇਹਨੂੰ ਸ਼ੁਵਾਰਾ ਗੱਡਾ ਸੇ ਰੱਖੇ ਚੱਲ ਕੇ ਪੈਸੇ ਵੱਲੋਂ ਕੱਲ ਹੀ ਮਲਾਏ ਨਵੇਂ ਸਾਧ